ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਅਸੀਂ ਮੌਜੂਦ ਹਾਂ ਜੀ ਪਿੰਡ ਸਾਨੀ ਦੇ ਵਿੱਚ। ਅਜਿਹਾ ਬਲੌਕ ਹੈ ਜਿਹੜਾ ਸਾਨੀ ਦਾ ਆ ਪਿੱਛੇ ਸਾਡੇ, ਅਤੇ ਆਓ ਪਹਿਲਾਂ ਆਪਾਂ ਸਕੂਲ ਦਿਖਾ ਲੈਂਦੇ ਚੌਂਕੀਦਾਰ ਹੈ। ਠੀਕ ਹੈ ਜੀ, ਇਸ ਸਾਨੀ ਪਿੰਡ ਦਾ ਸਕੂਲ ਹੈ ਜੀ। ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਛੋਟੇ ਛੋਟੇ, ਅਤੇ ਉਦੋਂ ਤਾਂ ਹੁਣੇ ਹੀ ਸਰਕਾਰ ਬਦਲੀ ਹੈ ਤਾਂ ਕੰਮ ਹੋਇਆ। ਮੈਥ ਪਾਰਕ ਆ ਰਾਜ ਹੈ ਇਹਦਾ, ਆਹ ਦੇਖੋ ਇਹਦੇ ਵਿੱਚ ਸਾਰੇ ਬਣੇ ਹੋ, ਆਹ ਤਿਕੋਣਾ ਵਗੈਰਾ ਹੋਇਆ, ਅਤੇ ਇਹ ਆ ਪਾਰਕ ਹੋਇਆ, ਉਹ ਬਣੇ ਹੋ ਗਾਹਾਂ ਤ੍ਰਿਭੁਜਾਂ। ਬੰਦਾ ਸਾਡਾ ਫੋਨ ਚਲਾਈ ਜਾਂਦਾ, ਇਹਨੂੰ ਮੈਂ ਕਹਿੰਦਾ ਬਈ ਇਹ ਕਰਦਾ ਨਹੀਂ ਹੈਗਾ ਕੰਮ ਕੋਈ। ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ, ਚਾਰ ਹਾਊਸ ਚੱਲਦੇ ਹੁੰਦੇ ਆ ਸਕੂਲ ਦੇ ਵਿੱਚ, ਸਾਡੇ ਸਕੂਲ ਤਾਂ ਚਾਰ ਹਾਊਸ ਚੱਲਦੇ ਸੀਗੇ। ਇੱਕ ਆਪਾਂ ਤੁਹਾਨੂੰ ਲਖਪੁਰ ਅਜੇ ਆਹ ਆਪਣੇ ਹੈ ਨਾ ਆਵਾਜ਼ਾ ਜਿਹੜਾ ਉੱਥੇ ਵੱਜਦਾ ਹੁੰਦਾ ਸਕੂਲੇ, ਆਹ ਚੀਜ਼ ਹੈ ਜੀ ਉਹ ਸਕੂਲਾਂ ਵਿੱਚ ਨਾ ਇਹ ਤਕਰੀਬਨ ਹੁਣ ਰਿਵਾਜ਼ ਜਿਹਾ ਚੱਲ ਪਿਆ। ਇਹ ਆਹ ਇਹਦੇ ਵਿੱਚ ਦੱਸਦੇ ਹੁਣ ਵੀ ਕਿਹੜਾ ਪੀੜ ਲੱਗਾ ਆ ਨਾ, ਵੀ ਕਿਹੜਾ ਕਿਨਵਾਂ ਪੀੜ ਲੱਗਾ ਆ ਜਾਂ ਰਸੈਸ ਕਦੋਂ ਹੋਣੀ ਹੈ, ਇਹਦੇ ਵਿੱਚ ਦੱਸਦੇ ਨੇ ਸਾਰਾ। ਆਹ ਵੱਜਾ ਆਹ ਦੇਖੋ, ਇਹਦੇ ਵਿੱਚ ਦੱਸਦੇ ਆ ਅੱਜ ਕੱਲ ਆਇਆ ਜੀ ਸਾਇੰਸ ਦਾ। ਸਾਇੰਸ ਦਾ ਆਪਣਾ ਮਨੁੱਖੀ ਦਿਲ ਹੋ ਗਿਆ ਜੀ, ਆਹ ਫੇਫੜੇ ਹੋ ਗਏ। ਇੱਥੇ ਬਹੁਤ ਵਧੀਆ ਗੱਲ ਆ, ਕੈਮਰੇ ਵੀ ਲੱਗੇ ਹੋ, ਆਹ ਦੇਖੋ ਆਹ ਖੰਭੇ ਦੇ ਉੱਤੇ ਹੈ ਨਾ ਕੈਮਰਾ ਲੱਗਾ ਆ, ਕੈਮਰੇ ਤਾਂ ਲੱਗਿਓ ਲੱਗਿਓ ਠੀਕ ਆ। ਪਰ ਇੱਥੇ ਇੱਕ ਹੋਰ ਬਹੁਤ ਵਧੀਆ ਗੱਲ ਆ, ਅਤੇ ਸਪੀਕਰ ਬਹੁਤ ਲੱਗੇ ਹੋ ਇੱਥੇ ਖੰਭੇ ਦੇ ਉੱਤੇ, ਸਪੀਕਰ ਲੱਗੇ ਹੋ। ਆਹ ਕਿੰਨੇ ਕੁ ਵਜੇ 'ਤੇ ਸਪੀਕਰ ਚੱਲਦੇ ਜੀ? ਹਾਂਜੀ ਸ਼ਾਮ ਨੂੰ ਚੱਲਦੇ ਆ ਜੀ, ਰਹਿਰਾ ਸਾਹਿਬ ਦੀ ਪਾਰਟੀ ਆਉਂਦਾ ਹੋਣਾ ਅੱਛਾ ਜੀ, ਫਿਰ 8 ਵਜੇ ਤਾਈਂ। ਹਾਂ ਇਹ ਘਰ ਘਰ ਉਹਨਾਂ ਦਾ ਕਿੱਥੇ ਗਿਆ ਜਿੱਥੇ ਜਿਹਨਾਂ ਨੇ ਲਵਾਇਆ ਹੋਇਆ ਇਹਨਾਂ ਦਾ? ਹਾਂਜੀ ਜਿੱਥੇ ਹਾਂਜੀ ਜਿੱਥੇ ਸੈੱਟ ਪਿਆ ਨੇ ਲਵਾਇਆ ਹੋਇਆ ਜਿੱਥੇ ਸੈੱਟ ਪਿਆ ਉਹ ਉਹਨਾਂ ਦਾ ਘਰ ਕਿੱਥੇ ਆ? ਹਾਂਜੀ ਉਹ ਮਲਕਪੁਰ ਨੂੰ ਜਾਂਦੇ ਆ। ਹਾਂਜੀ ਉੱਥੇ ਵਾਟਰ ਕੂਲਰ ਵੀ ਲੱਗਾ ਆ। ਅੱਛਾ ਜੀ ਉਹਦੇ ਨਾਲ ਹੀ ਉੱਥੇ ਗਲੀ ਦੇ ਵਿੱਚ ਦਰਜੀ ਆ, ਕੇਬਲ ਦਾ ਘਰ ਹੈ ਕੇਬਲ ਦਾ। ਅੱਛਾ ਜੀ ਕੇਬਲ ਦਰਜੀ ਠੀਕ ਹੈ ਜੀ, ਉਹਦੇ ਕੋਲ ਸੈੱਟ ਪਿਆ। ਅੱਛਾ ਜੀ ਉਹ ਹੁਣ ਚਲਾਉਂਦਾ। ਹਲੋ ਜੀ ਆ ਆ ਸੈੱਟ ਜੀ, ਆ ਤਾਰ ਜਾਂਦੀ ਜੀ। ਇਹ ਕਿੰਨੇ ਟਾਈਮ ਤੇ ਚੱਲਦਾ ਜੀ? ਚਾਰ ਕੁ ਲੱਖ ਰੁਪਏ ਦਾ ਖਰਚਾ ਹੈ ਨਾ, ਤੇ ਕੋਈ ਜਿੱਦਾਂ ਮਤਲਬ ਕਿ ਇਤਰਾਜ਼ ਤਾਂ ਨਹੀਂ ਕਰਦੇ ਪਿੰਡ ਦੇ ਵਿੱਚ? ਵੀ ਜਿਹੜੇ ਬਾਣੀ ਦਾ ਤੁਹਾਨੂੰ ਪਤਾ ਜਿਹੜੇ ਇਤਰਾਜ਼ ਕਰਦੇ ਆ ਵਿੱਚ ਹੈਗੇ ਵੀ ਆ। ਹਾਂਜੀ ਕੁਛ ਕਰ ਬਾਕੀ ਕਿਤੇ ਸਾਰਾ ਪਿੰਡ ਵਧੀਆ। ਅੱਛਾ ਜੀ ਪਾਣੀ ਆਪ ਮੰਗ ਕਰਦੇ ਆ ਸਾਡੇ ਖਾਣ ਪਾਉਣ ਦੀ ਤਾਂ ਆਵਾਜ਼ ਆ ਜਿਹੜੀ ਉਹ ਸੈੱਟ ਜਿਹੀ ਹੁੰਦੀ ਨੋਰਮਲ ਨਹੀਂ, ਜ਼ਿਆਦਾ ਨਹੀਂ ਜਿੱਦਾਂ ਜਾਣੀ ਆਪਾਂ ਸੜਕ ਦੀ ਕੌਸੀ ਤੇ ਬੈਠੇ ਬੈਠੇ ਦੇਣੀ ਹੈਗੀ ਆ, ਇਹ ਅੰਦਰ ਚੱਲ ਜੀ। ਭਾਈ ਫੀਸ ਕਿੰਨੀ ਹੈ ਜੀ? 500 ਵੀ ਜੀ।
500 ਰੁਪਇਆ ਫੀਸ ਆ ਜੀ। ਆ ਪਤਾ ਲੱਗਾ ਲਾਉਣ ਜਿਮ ਲਾਉਣੀ ਜਿਮ ਹੁਣ ਅਸੀਂ ਹਨੇਰਾ ਹੋ ਗਿਆ ਆ ਤੇ ਆਪਾਂ ਹੁਣ ਚੱਲੇ ਆ ਜੀ ਆਪਣੇ ਪਿੰਡ ਵੱਲ ਤੇ ਅਗਲਾ ਬਲੌਕ ਜਲਦੀ ਆਊਗਾ ਜੀ ਆਪਾਂ ਕਿਸੇ ਹੋਰ ਪਿੰਡ ਦੇ ਬਲੌਕ 'ਚ ਮਿਲਾਂਗੇ ਹੁਣ ਅੱਜ ਸਾਨੀ ਦਾ ਬਲੌਕ ਸੀ ਅਤੇ ਜਾਂ ਫਿਰ ਆਪਾਂ ਸਾਨੂੰ ਰਾਮਗੜੀਆ ਤੋਂ ਇੱਕ ਉਹਨਾਂ ਦੀ ਸਾਡੇ ਰਿਟਾਇਰ ਹੋ ਗਿਆ ਉਹਨਾਂ ਨੇ ਕਿਹਾ ਸੀ ਵੀ ਰਾਮਗੜੀਆ ਕਾਲਜ ਦਾ ਬਲੌਕ ਬਣਾਓ ਅਤੇ ਉੱਧਰ ਉੱਧਰਲਾ ਬਲੌਕ ਆਊਗਾ ਜਾਂ ਚਲੋ ਜੀ ਠੀਕ ਆ ਫਿਰ ਮਿਲਦੇ ਹਾਂ ਫਿਰ ਅਗਲੇ ਬਲੌਕ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।